ਇਨਸਾਨਾਂ ਵਾਂਗ ਪੰਛੀ ਵੀ ਪੀਂਦੇ ਹਨ ਸ਼ਰਾਬ। ਵਿਗਿਆਨੀਆਂ ਨੇ ਫੜ ਲਏ ਨਸ਼ੇੜੀ ਪੰਛੀ। ਸ਼ਰਾਬ ਲਈ ਇੰਜ ਕਰਦੇ ਨੇ ਇਹ ਪੰਛੀ ਜੁਗਾੜ। ਇਨਸਾਨ ਸ਼ਰਾਬ ਪੀਂਦੇ ਨੇ, ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਇਹ ਤਾਂ ਆਮ ਜਿਹੀ ਗੱਲ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਨਸਾਨਾਂ ਤੋਂ ਇਲਾਵਾ ਹੋਰ ਕੋਈ ਵੀ ਹੈ ਜੋ ਸ਼ਰਾਬ ਮਜ਼ੇ ਦੇ ਨਾਲ ਪੀਂਦੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪੰਛੀਆਂ ਦੀ। ਹਾਲ ਹੀ ਦੇ ਵਿੱਚ ਨਸ਼ੇੜੀ ਤੋਤਿਆਂ ਨੂੰ ਫੜਿਆ ਗਿਆ। ਜੀ ਹਾਂ, ਇਹ ਸੁਣ ਕੇ ਤੁਸੀਂ ਹੈਰਾਨ ਰਹਿ ਗਏ ਨਾ। ਇਹ ਕੋਈ ਬਕਵਾਸ ਨਹੀਂ ਹੈ, ਸਗੋਂ ਬਿਲਕੁਲ ਸੱਚ ਹੈ। ਆਓ ਇਹ ਜਾਣਨ ਦੇ ਲਈ ਦੇਖਦੇ ਹਾਂ ਇਹ ਖਾਸ ਰਿਪੋਰਟ। ਤੁਹਾਨੂੰ ਪਤਾ ਹੀ ਹੈ ਕਿ ਸ਼ਰਾਬ ਪੀਣਾ ਸਿਹਤ ਦੇ ਲਈ ਕਿੰਨਾ ਹਾਨੀਕਾਰਕ ਹੈ। ਇਸ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ। ਕਈ ਵਾਰ ਨਸ਼ੇ ਦੇ ਵਿੱਚ ਵਿਅਕਤੀ ਨਾਲ ਹਾਦਸੇ ਵਾਪਰ ਜਾਂਦੇ ਨੇ, ਜਿਸ ਕਾਰਨ ਉਹ ਜਾਂ ਤਾਂ ਜ਼ਖਮੀ ਹੋ ਜਾਂਦਾ ਹੈ ਜਾਂ ਫਿਰ ਮੌਤ ਵੀ ਹੋ ਜਾਂਦੀ ਹੈ। ਅਤੇ ਹੁਣ ਤੱਕ ਤੁਸੀਂ ਬਹੁਤ ਸਾਰੇ ਸ਼ਰਾਬੀ ਦੇਖੇ ਹੋਣਗੇ, ਪਰ ਅੱਜ ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਜੀ ਹਾਂ, ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਆਪਣਾ ਉਤਸ਼ਾਹ ਵਧਾਉਣ ਦੇ ਲਈ, ਮਸਤੀ ਕਰਨ ਦੇ ਲਈ ਸ਼ਰਾਬ ਦਾ ਸੇਵਨ ਕਰਦੇ ਨੇ, ਪਰ ਜਦੋਂ ਪਸ਼ੂ ਪੰਛੀ ਵੀ ਇਹੀ ਕੰਮ ਕਰਨ ਲੱਗ ਜਾਣ ਤਾਂ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਪਰ ਆਸਟ੍ਰੇਲੀਆ ਦੇ ਵਿੱਚ ਕਈ ਅਜਿਹੇ ਤੋਤੇ ਫੜੇ ਗਏ ਹਨ ਜੋ ਸ਼ਰਾਬੀ ਹਨ। ਜੀ ਹਾਂ, ਇਹ ਸ਼ਰਾਬੀ ਤੋਤੇ ਆਪਣਾ ਉਤਸ਼ਾਹ ਵਧਾਉਣ ਦੇ ਲਈ, ਮਸਤੀ ਕਰਨ ਦੇ ਲਈ ਸ਼ਰਾਬ ਪੀਂਦੇ ਨੇ। ਜੀ ਹਾਂ, ਜਿਨ੍ਹਾਂ ਨੂੰ ਫੜਿਆ ਗਿਆ ਇਹਨਾਂ ਉੱਤੇ ਖੋਜ ਕਰ ਰਹੇ ਵਿਗਿਆਨੀ ਵੀ ਤੋਤੇ ਅਤੇ ਕੁਝ ਹੋਰ ਪੰਛੀਆਂ ਦੇ ਸ਼ਰਾਬੀ ਹੋਣ ਦੀ ਘਟਨਾ ਤੋਂ ਹੈਰਾਨ ਨੇ। ਵਿਗਿਆਨੀਆਂ ਨੇ ਪਾਇਆ ਹੈ ਕਿ ਆਪਣੇ ਉਤਸ਼ਾਹ ਨੂੰ ਵਧਾਉਣ ਅਤੇ ਮੌਜ ਮਸਤੀ ਕਰਨ ਦੇ ਲਈ ਤੋਤੇ ਸਣੇ ਬਹੁਤ ਸਾਰੇ ਪੰਛੀ ਪਰਮਾਨੈਂਟ ਕੀਤੇ ਫਲ ਅਤੇ ਜਾਮੁਨ ਖਾ ਕੇ ਨਸ਼ਾ ਕਰਦੇ ਨੇ। ਇਸ ਲਈ ਕੁਝ ਤੋਤੇ ਅਤੇ ਪੰਛੀ ਸ਼ਰਾਬ ਦਾ ਸੇਵਨ ਕਰਦੇ ਨੇ। ਪੰਛੀਆਂ ਦੇ ਨਸ਼ੇ ਹੋਣ ਦੀ ਗੱਲ ਦਾ ਉਦੋਂ ਪਤਾ ਲੱਗਦਾ ਜਦੋਂ ਨਸ਼ੇੜੀ ਪੰਛੀ ਖਿੜਕੀਆਂ ਜਾਂ ਫਿਰ ਕਾਰਾਂ ਦੇ ਨਾਲ ਜਾ ਕੇ ਟਕਰਾ ਜਾਂਦੇ ਨੇ ਜਾਂ ਬੇਹੋਸ਼ ਹੋ ਕੇ ਬਿੱਲੀਆਂ ਦੁਆਰਾ ਫੜੇ ਜਾਂਦੇ ਨੇ। ਇੰਨਾ ਹੀ ਨਹੀਂ, ਸ਼ਰਾਬ ਪੀ ਕੇ ਪੰਛੀ ਠੀਕ ਤਰ੍ਹਾਂ ਉੱਡਣ ਤੋਂ ਵੀ ਅਸਮਰਥ ਹੁੰਦੇ ਨੇ ਅਤੇ ਉਹ ਕਿਤੇ ਵੀ ਨਸ਼ੇ ਦੇ ਵਿੱਚ ਧੁੱਤ ਹੋ ਕੇ ਟੱਪਣ ਜਾਂ ਫਿਰ ਲੋਟ ਪੋਟ ਹੋਣ ਲੱਗਦੇ ਨੇ। ਅਜਿਹੇ ਸ਼ਰਾਬੀ ਅਤੇ ਨਸ਼ੇੜੀ ਤੋਤੇ ਆਸਟ੍ਰੇਲੀਆ ਦੇ ਵਿੱਚ ਅਕਸਰ ਫੜੇ ਜਾਂਦੇ ਨੇ। ਸਾਲ 2021 ਦੇ ਵਿੱਚ ਵੀ ਅੱਧੀ ਦਰਜਨ ਦੇ ਕਰੀਬ ਤੋਤੇ ਫੜੇ ਗਏ ਸਨ ਜੋ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਸਨ। ਉਹ ਲਾਲ ਖੰਭਾਂ ਵਾਲੇ ਤੋਤੇ ਸਨ ਜਿਨ੍ਹਾਂ ਨੂੰ ਜ਼ਿਆਦਾ ਪੱਕੇ ਹੋਏ ਅੰਬ ਖਾ ਕੇ ਨਸ਼ਾ ਹੋ ਗਿਆ ਸੀ। ਹਾਲਾਂਕਿ ਵਿਗਿਆਨੀਆਂ ਮੁਤਾਬਕ ਜ਼ਿਆਦਾ ਪੱਕੇ ਅੰਬਾਂ ਦੇ ਵਿੱਚ ਐਲਕੋਹਲ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਤੋਤਿਆਂ ਨੂੰ ਫੜਨ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਦੇ ਬਰੂਮ ਵੈਟਰਨਿਟੀ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਰੇਰੂ ਪੰਛੀ ਵੀ ਬਹੁਤ ਜ਼ਿਆਦਾ ਸ਼ਰਾਬੀ ਹੁੰਦੇ ਨੇ। ਇਹਨਾਂ ਦੇ ਹੱਦੋਂ ਵੱਧ ਸ਼ਰਾਬੀ ਹੋਣ ਦੇ ਕਾਰਨ ਸਾਲ 2018 ਦੇ ਵਿੱਚ ਇਹਨਾਂ ਨੂੰ ਨਿਊਜ਼ੀਲੈਂਡ ਦੇ ਬਰਡ ਆਫ ਦਾ ਈਅਰ ਵਜੋਂ ਚੁਣਿਆ ਗਿਆ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਇਹਨਾਂ ਪੰਛੀਆਂ ਨੂੰ ਸ਼ਰਾਬ ਕਿੱਥੋਂ ਮਿਲਦੀ ਹੈ? ਦਰਅਸਲ ਵਿਗਿਆਨੀਆਂ ਦੇ ਮੁਤਾਬਕ ਜਿਵੇਂ ਜਿਵੇਂ ਫਲ ਪੱਕਦਾ ਹੈ ਇਹ ਮਿੱਠਾ ਅਤੇ ਵਧੇਰੇ ਪੌਸ਼ਟਿਕ ਬਣ ਜਾਂਦਾ ਹੈ ਅਤੇ ਜਿਵੇਂ ਜਿਵੇਂ ਇਹ ਹੋਰ ਜ਼ਿਆਦਾ ਪੱਕਦਾ ਹੈ ਇਸ ਦੀ ਮਿਠਾਸ ਵੱਧ ਜਾਂਦੀ ਹੈ, ਇਹ ਫਰਮੈਂਟ ਹੋ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਜੋ ਫਲ ਹੈ ਉਸਦੇ ਵਿੱਚ ਐਲਕੋਹਲ ਦੀ ਮਾਤਰਾ ਵੱਧ ਜਾਂਦੀ ਹੈ। ਫਰਮੈਂਟੇਸ਼ਨ ਦੇ ਦੌਰਾਨ ਪੈਦਾ ਹੋਏ ਐਲਕੋਹਲ ਹਵਾਦਾਰ ਬਣ ਸਕਦੇ ਨੇ। ਪੰਛੀਆਂ ਨੂੰ ਇੱਕ ਪੌਸ਼ਟਿਕ ਖਾਣਾ ਸਰੋਤ ਲੱਭਣ ਦੇ ਵਿੱਚ ਇਹੀ ਮਦਦ ਕਰਦੇ ਨੇ। ਇਥੋਨੋਲ ਆਪਣੇ ਆਪ ਦੇ ਵਿੱਚ ਊਰਜਾ ਦਾ ਇੱਕ ਸਰੋਤ ਵੀ ਹੈ ਅਤੇ ਭੁੱਖ ਨੂੰ ਉਤੇਜਿਤ ਕਰਦਾ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਗਿਆਨਕਾਂ ਦੇ ਮੁਤਾਬਕ ਇਨਸਾਨਾਂ ਵਾਂਗ ਹੀ ਪੰਛੀ ਦਾ ਕੇਂਦਰੀ ਦਿਮਾਗੀ ਪ੍ਰਣਾਲੀ ਮੱਧਮ ਸ਼ਰਾਬ ਪੀਣ ਦੇ ਲਈ ਚੰਗੀ ਤਰ੍ਹਾਂ ਪ੍ਰਤੀਕਿਰਿਆ ਕਰ ਸਕਦੀ ਹੈ, ਜਿਸ ਦੇ ਨਾਲ ਉਹਨਾਂ ਨੂੰ ਘੱਟ ਥਕਾਵਟ, ਵਧੇਰੇ ਆਰਾਮਦਾਇਕ ਅਤੇ ਮਿਲਣਯੋਗ ਮਹਿਸੂਸ ਹੁੰਦਾ। ਇੰਨਾ ਹੀ ਨਹੀਂ, ਸਗੋਂ ਜ਼ਿਆਦਾ ਮਾਤਰਾ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਕਈ ਪੰਛੀ ਤਾਂ ਮਰ ਵੀ ਜਾਂਦੇ ਨੇ। ਤਾਂ ਇਹ ਤਾਂ ਤੁਸੀਂ ਸ਼ਾਇਦ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਇਨਸਾਨਾਂ ਵਾਂਗ ਪੰਛੀ ਵੀ ਸ਼ਰਾਬ ਦਾ ਸੇਵਨ ਕਰਦੇ ਨੇ, ਅਤੇ ਉਮੀਦ ਹੈ ਕਿ ਇਸ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੋਵੇਗਾ। ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।